السلام علیکم دوستو کیسے ہیں دوستو امید کرتا ہوں کہ میرے تمام دوست خیرے سے ہوں گے دوستو میں تھوڑا بھائی اجمل شیات تصویر دیکھ رہے ہیں اجمل ٹی وی حاصل پور تو جناب آج بھائیاں سے پانچ پٹھے لے کے اور ہیک بریڈر ਇਹ ਪੰਜ ਪੱਠਾਂ ਜਨਾਬ ਇਹਦੇ ਵਿੱਚ ਦੋ ਮਾਸ਼ਾਅੱਲਾ ਕਰਾਸ ਪੱਠਾਂ ਔਰ ਬਾਕੀ ਜਿਹੜੇ ਤਿੰਨ ਜਨਾਬ ਖਾਲੀ ਹਨ ਉਹ ਵੀ ਬਿਲਕੁਲ ਜਨਾਬ ਕਰਾਸ ਹੋਣ ਦੇ ਕਾਬਿਲ ਨਹੀਂ ਕਿਉਂਕਿ ਇਹਨਾਂ ਕੋਲ ਬਰੀਡਰ ਲੋਕਾਂ ਕੋਲ ਹੁੰਦੇ ਨਹੀਂ ਉਹ ਗਾਰੇ ਜਿਵੇਂ ਠੱਲੀ ਰੱਖਦੇ ਹਨ ਉਹਦੀ ਵਜ੍ਹਾ ਤੋਂ ਕਰਾਸ ਨਹੀਂ ਹੁੰਦੀ ਆ ਅੱਜ ਅਸਾਂ ਪੱਠੇ ਲੈ ਕੇ ਆਏ ਆ ਮਾਸ਼ਾਅੱਲਾ ਤੇ ਅੱਜੋ ਅੱਜ ਹੀ ਦੋ ਪੱਠਾ ਕਰਾਸ ਹੋ ਗਏ ਨੇ ਤੇ ਬਾਕੀ ਵੀ ਕਰਾਸ ਹੋਣ ਵਾਲੀਆਂ ਨੇ ਜਨਾਬ ਤੁਹਾਨੂੰ ਇੱਕ ਇੱਕ ਕਰਕੇ ਚੈੱਕ ਕਰਨੇ ਨੇ ਤੇ ਵੀਡੀਓ ਐਂਡ ਤੇ ਵੇਖਣੀ ਹੈ ਤੇ ਗੁਜ਼ਾਰਿਸ਼ ਹੈ ਕਿ ਜਿੰਨਾ ਦੋਸਤਾਂ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਜਮਲ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਘੰਟੀ ਵੀ ਦਬਾਓ ਤਾਂ ਕਿ ਇਸ ਤਰ੍ਹਾਂ ਦੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚੇ تو جناب پہلے نمبر دے ماشاءاللہ یہ مکھی چینی چیک کرو پیور مکھی چینی ماشاءاللہ چنگی پاٹھے ماشاءاللہ جناب چیک کر بالکل کراس نہیں کراس ہونے کے قابل ہے جناب اے پہلے نمبر دے ماشاءاللہ اے یہ پاٹ تو انہوں ہکے ایک کر کے سارے تسلیل چیک کر سو ਇਹ ਦੂਆ ਨੰਬਰ ਜਨਾਬ ਮਾਸ਼ਾਅੱਲਾ ਬੀਤਲ ਪਾਟਾ ਕੇ ਮਾਸ਼ਾਅੱਲਾ ਬੀਤਲ ਪਾਟਾ ਇਹ ਜਨਾਬ ਕਰਾਸ ਹੋ ਗਏ ਸਵਾਇਦਾ ਕੇ ਪੇ ਇੱਕ ਇਹਦੀ ਕਰਾਸ ਦੀ ਵੀਡੀਓ ਵੀ ਸਾਡੇ ਕੋਲ ਇਹ ਜਿਹੜਾ ਬਾਈ ਵੀ ਰਾਬਤਾ ਕਰ ਸੀ ਇਨਸ਼ਾਅੱਲਾ WhatsApp ਤੇ ਤੁਹਾਨੂੰ ਜਨਾਬ ਇਹਦੀ ਕਰਾਸ ਹੋਣ ਵਾਲੀ ਵੀਡੀਓ ਵੀ ਚੈੱਕ ਕਰਾ ਦੇਸੋ ਤੇ ਬਿਲਕੁਲ ਜਨਾਬ ਮناسبਰ ਬਿਲਕੁਲ ਜਨਾਬ ਸਸਤੇ ਰੇਟ ਇਨਸ਼ਾਅੱਲਾ ਇਹ 3 ਤੋਂ 4 ਮਹੀਨਾ ਬਾਅਦ ਇਹਦੀ ਕੀਮਤ ਜਨਾਬ 50 ਤੋਂ 60 ਹਜ਼ਾਰ ਜਨਾਬ ਇਸ ਬੱਕਰੀ ਦੀ ਮਾਸ਼ਾਅੱਲਾ ਕੀਮਤ ਹੋ ਜਾਵਣੀ ਹੈ ਕਿਉਂਕਿ ਜਦੋਂ ਬੱਚਿਆਂ ਚ ਆ ਗਏ ਨਾ ਤੇ ਯਾਨੀ ਕਿ ਚੰਗੀ ਬੱਕਰੀ ਬਣ ਜਾਸੀ ਤੇ ਇਹਦੀ ਕਰਾਸ ਓਵਰ ਦੀ ਵੀਡੀਓ ਵੀ ਜਨਾਬ ਸਾਡੇ ਕੋਲ ਬਿਲਕੁਲ ਹੋਏ ਉਹ ਵੀ ਤੁਸੀਂ ਲੈ ਸਕਦੇ ਨੇ ਮੱਖੀ ਚੀਨੇ ਬੱਕਰੇ ਕੋਲ ਕਰਾਸ ਹੋਈਆਂ ਜਿਹੜਾ ਬਰੀਡਰ ਹੈ ਪਿਆ ਇਹਦੇ ਕੋਲ ਜਨਾਬ ਕਰਾਸ ਹੋਈਆਂ ਇਹ ਦੂਏ ਦਾ ਤੀਏ ਨੰਬਰ ਜਨਾਬ ਇਹ ਬੱਕਰੀ ਆ ਗਏ ਇਹ ਵੀ ਜਨਾਬ ਕਰਾਸ ਹੋ ਗਈ ਇਹ ਵੀ ਤਕਰੀਬਨ 10 ਤੋਂ 10 ਤੋਂ 11 ਮਹੀਨਾ ਜਨਾਬ ਪਾਠੇ ਪਈ ਇਹ ਵੀ ਕਰਾਸ ਹੋ ਗਏ ਦੋ ਪੱਠਾ ਕਰਾਸ ਹੋ ਗਏ ਇਹਨੇ ਦੋਵਾਂ ਦੀ ਵੀਡੀਓ ਜਨਾਬ ਸਾਡੇ ਕੋਲ ਮੌਜੂਦ ਹੈ ਤੁਸੀਂ ਇਨਸ਼ਾਅੱਲਾ WhatsApp ਤੇ ਰਾਬਤਾ ਕਰਦੇ ਜਨਾਬ ਇਹਨਾਂ ਦੀ ਵੀਡੀਓ ਲੈ ਸਕਦੇ ਨੇ ਤੇ ਇਹਦੀ ਵੀ ਮਾਸ਼ਾਅੱਲਾ ਸਫੈਦ ਆ ਕੇ ਬਿਹਤਰੀਨ ਮਾਸ਼ਾਅੱਲਾ ਪ੍ਰਿੰਟ ਜੇ ਮਾਸ਼ਾਅੱਲਾ ਚੈੱਕ ਕਰ ਸਕਦੇ ਨੇ ਅੱਛੀ ਨਸਲ ਦੀਆਂ ਮਾਸ਼ਾਅੱਲਾ ਕੋਸ਼ਿਸ਼ ਹੁੰਦੀ ਹੈ ਕਿ ਬਾਈਆਂ ਨੂੰ ਚੰਗੇ ਤੋਂ ਚੰਗੇ ਜਾਨਵਰ ਦੇ ਵੀ ਕਿਉਂਕਿ ਮੁਨਾਸਬ ਰੇਟ 'ਚ ਔਰ ਜਿਹੜਾ ਬਾਈ ਵੀ ਖਰੀਦੇ ਤਾਂ ਕਿ ਉਹਨੂੰ ਵੀ ਕੋਈ ਚਾਰ ਪੈਸੇ ਵੀ ਲੱਭਣ ਔਰ ਉਹਨਾਂ ਦਾ ਸ਼ੌਂਕ ਵੀ ਪੂਰਾ ਹੋਵੇ ਇਹ ਜਨਾਬ ਚੌਥੇ ਨੰਬਰ ਤੇ ਇਹ ਮੱਖੀ ਚੀਨੀ ਮਾਸ਼ਾਅੱਲਾ ਬੱਕਰੀ ਆ ਗਈ ਇਹਦੀ ਉਮਰ ਜਨਾਬ ਇਸ ਟਾਈਮ ਤਕਰੀਬਨ ਮੇਰੇ ਖਿਆਲ ਦੇ ਮੁਤਾਬਕ 7 ਤੋਂ 7.5 8 ਮਹੀਨੇ ਤਕਰੀਬਨ ਹੋ ਸਕਦੀ ਹੈ ਇਹ ਜਨਾਬ ਮਾਸ਼ਾਅੱਲਾ ਚੈੱਕ ਕਰੋ ਸਫੈਦ ਆ ਕਿ ਸਾਰੀਆਂ ਪੱਠਾਂ ਦੀ ਉਮਰ ਜਿਹੜੀ ਅੱਖਾਂ ਮਾਸ਼ਾਅੱਲਾ ਸਫੈਦ ਹੈ ਜਨਾਬ ਔਰ ਬੇਤਰੀਨ ਪ੍ਰਿੰਟੇਜ ਹਨ ਪਈਆਂ اے دی عمر تقریباً سات و آٹھ مہینے اور بالکل ہی مناسب ریٹ اگر کراس پٹھا لے سو اندر ریٹ جناب تو انہوں یعنی کہ الگ اگر پوری لاٹ سو تو جناب بالکل مناسب اور بالکل جناب سستے ریٹ مل جائے پٹھا اے آگے چوتھے نمبر پنجویں نمبر والے جناب چیک کرو اے جناب آخری نمبر تے مکھی چینی ماشاءاللہ بے بہترین جناب پاٹے پی اے بھی ماشاءاللہ بے بالکل بریک بریک چیڑا گئے مدرسے کا کلر ہے ماشاء کراس نہیں ہے پہ جناب ਇਹ ਵੀ ਤਕਰੀਬਨ 7 ਸਾਢੇ 7 ਮਹੀਨਾ ਜਨਾਬ ਪਾਟੇ ਪਏ ਦੋ ਪਟਾ ਕਰਾ ਸਨ ਬਾਕੀ ਤਿੰਨ ਜਨਾਬ ਖਾਲੀ ਨੇ ਪਏ ਉਹ ਵੀ ਅੱਛੀ ਕੁਆਲਿਟੀ ਜ ਮਾਸ਼ਾਅੱਲ ਹੈ ਕੁਝ ਰਹਿੰਦੀ ਹੈ ਕਿ ਜਿਹੜੇ ਵੀ ਜਾਨਵਰ ਲਾਇਆ ਵੀ ਹੈ ਭਾਈਆਂ ਕੋਲ ਪਿਓਰ ਲਾਇਆ ਵੀ ਹੈ ਹੁਣ ਤੁਹਾਨੂੰ ਬਖਰਾ ਚੈੱਕ ਕਰਾ ਦੇਵੇ ਇਹ ਜਨਾਬ ਸਾਢੇ 14 14000 ਰੁਪਏ ਪੱਠਾ ਲੱਗ ਜਸੇ ਸਾਢੇ 14 14000 ਨੂੰ ਜਨਾਬ 14 14000 ਪਠਾਣਾ ਦੇ ਸੋ ਉਸ ਤੋਂ ਇਲਾਵਾ ਜਨਾਬ ਬਰੀਡਰ ਮਾਸ਼ਾਅੱਲਾ ਚੈੱਕ ਕਰ ਸਕਦੇ ਨੇ ਪਿਓਰ ਮੱਕੀ ਚੀਨਾ ਜਿਹੜਾ 10 11 ਮਾਏ ਦੀ ਉਮਰ ਹੈ ਨਕੌੜਾ ਜਨਾਬ ਚੈੱਕ ਕਰ ਸਕਦੇ ਨੇ ਸਫੈਦਾ ਚੱਪੇ ਸਿੰਘ ਜਨਾਬ ਕੰਨਾਂ ਦੀ ਚੁਰ ਲੈਂਥੀ ਤੋਂ ਚੈੱਕ ਕਰ ਸਕਦੇ ਨੇ ਮਾਸ਼ਾਅੱਲਾ ਮਜੀਦ ਤੋਂ ਨਕੌੜਾ ਚੈੱਕ ਕਰਾ ਦੇ ਇਹ ਜਨਾਬ ਚੈੱਕ ਕਰੋ ਬਿਲਕੁਲ ਮਾਸ਼ਾਅੱਲਾ ਤੋਤਾ ਫੇਸ ਸਫੈਦਾ ਕਿਸੂੰ ਚੱਪੇ ਸਿੰਘ ਜਨਾਬ ਜਾਲਰ ਜਨਾਬ ਤੁਸੀਂ ਚੈੱਕ ਕਰ ਸਕਦੇ ਨੇ ਇਹ ਵੇਖੋ ਮਾਸ਼ਾਅੱਲਾ ਬਿਹਤਰੀਨ ਜਾਲਰ ਹੈ ਕਿਉਂਕਿ ਜਿਵੇਂ ਮਾਸ਼ਾਅੱਲਾ ਬਰੀਡਰ ਇਸ ਤਰ੍ਹਾਂ ਦੇ ਹੁੰਦੇ ਉਸ ਤਰ੍ਹਾਂ ਦਾ ਬਰੀਡਰ ਹੈ ਔਰ ਉમે ਕੋਈ ਸ਼ੌਕ ਦੇ ਤੌਰ ਤੇ ਲਵੇ ਤੇ ਤੁਹਾਨੂੰ ਜਨਾਬੇ ਮਿਲ ਜਿਆ ਸੀ ਅਗਰ ਕੋਈ ਭਾਈ ਇਨ ਲਾੜ ਨਾਲੇ ਸੀ ਤੇ ਇਨਸ਼ਾ ਅੱਲਾ ਮਿਲ ਜਿਆ ਸੀ ਬਿਲਕੁਲ ਅੱਛਾ ਔਰ ਸਸਤਾ ਪੈਕੇਜ ਹੈ ਜਨਾਬ ਇਹ ਜਨਾਬ ਤੁਹਾਨੂੰ ਲਾਲਸੋ 28000 ਦਾ ਬਰੀਡਰ ਜਨਾਬ ਜਿਹੜਾ ਭਾਈ ਵੀ ਰਾਬਤਾ ਕਰ ਸੀ ਇਹ 28000 ਜਨਾਬ ਬਰੀਡਰ ਲਾਦੇ ਸੋ ਜਿਹੜੇ ਸ਼ਹਿਰ ਚ ਆਕਸੋ ਕਾਰ ਕੋ ਸੁਹੂਲਤ ਪੂਰੇ ਪਾਕਿਸਤਾਨ ਵਿੱਚ ਜਨਾਬ ਜਿੱਥੇ ਆਸੋ ਤੁਹਾਨੂੰ ਕਾਰ ਕੋ ਕਰਾ ਦੇ ਸੋ ਵੀਡੀਓ ਪਸੰਦ ਆਵੇ ਤੇ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟਸ ਕਰਕੇ ਦੱਸਣਾ ਵੀਡੀਓ ਕਿਸਰ ਲੱਗੀ